इस वेले की वड्डी खबर लुधियाना तो सामने आ रही है। दस दिए कि लुधियाना दे विच ताबड़तोड़ गोलियां चलियां। जी हाँ, दस दिए कि सीएमसी चौंक स्थित प्रिंकल शू हट के उत्ते गोलियां चलाईया गई हैं। नकाबपोश बाइक सवार दे वालों जिहड़े दस्या जा रहा है कि दो बाइक सवार जिहड़े पहुंचते ने, चार बंदे जिहड़े उत्ते मौके ते पहुंचते ने, जिन्हां दे वालों ताबड़तोड़ गोलियां चला दित्तियां जांदियां हैं प्रिंकल शू हाउस के उत्ते। हालांकि दस्या जा रहा है कि जिहड़ी गोली है प्रिंकल दे भी लगी है, ते एक जिहड़ी उत्ते काम करदी लेडीज है उसके उत्ते जिहड़ी है गोली लगी है, जिन्हें नू जेरे इलाज जिहड़ा सीएमसी हस्पताल दे विच भर्ती करवाया गया। मौके ते जिहड़ा पुलिस जिहड़ी है पहुंच चुकी है, खोल जिहड़े उत्थे बरामद कीते गए ने पुलिस दे वल्लों, जिहड़ी एक गन भी उतों पिस्टल जिहड़ी है वह भी बरामद की गई है। हालांकि की कारण रहा इस कारण का हले पता नहीं लगा, लेकिन दस दिए कि कितने ना कितने इस वारदात तो बाद लुधियाना कितने ना कितने डहलता हुआ नजर आ रहा है। लुधियाना वासियों के विच कितने ना कितने डर का माहौल नजर आ रहा है, क्योंकि एक बीती शाम भीड़ भाड़ वाला इलाका होंगे है सीएमसी चौंक के नेड़े, जी ये दुकान है जिथे कि गोलियां चलिया गई। होर मौके पर की कुछ उन्होंने परिवार के वालों की क्या गया, एक बार तुम भी जरूर सुनो। आप सारी स्कूल नहीं बैठाती, मेरे बच्चे मरवाने की कोशिश की थी, मेरे बच्चे दुखी है। मैं पंजाब नहीं गई होनी कमिश्नर ऑफिस, कहते एसीपी को चले जाओ, तेजा सर को चले जाओ, उन्होंने को बैठ बैठ के सारा दिन आंदी रही हूं। मैं सवेरे जाती सी, शाम भी घर आंदी सी, कमिश्नर साहब ने एक बार नहीं मैं अंदर वड़न दिता, एक बारी सिर्फ अंदर बुलाया, वो भी किसी ने कहने के अप्रोच से अंदर बुलाया, उन्होंने सारी सिक्योरिटी भी ला ली, असि डर डर के रहने कमिश्नर साहब साढ़े न पता नहीं की है या किधरों तो बाप भी आया उन्होंने, वो साढ़े साढ़े मुंडे नु मरवाना चाहते ने बस। ਤੁਹਾਡਾ ਕੀ ਨਾਮ ਹੈ ਜੀ? ਮੈਂ ਸਤਨਾਮ ਸਿੰਘ ਸ਼ੰਟੀ ਪ੍ਰਿੰਕਲ ਦਾ ਫਾਦਰ। ਅੱਜ ਤੋਂ ਮੈਂ ਇੱਕ ਮਹੀਨਾ ਪਹਿਲਾਂ ਦਰਖਾਸਤ ਦਿੱਤੀ ਸੀ ਕਮਿਸ਼ਨਰ ਸਾਹਿਬ ਨੂੰ, ਜਦੋਂ ਇਹਨਾਂ ਨੇ ਸਾਡੀ ਸਿਕਿਉਰਿਟੀ ਹਟਾਈ ਸੀ, ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸੀ, ਅਸੀਂ ਕਿਹਾ ਕਮਿਸ਼ਨਰ ਸਾਹਿਬ ਨੂੰ 7 ਨੰਬਰ ਥਾਣੇ ਦਰਖਾਸਤ ਆ ਗਈ ਸਾਨੂੰ, ਅੱਜ 20-25 ਦਿਨ ਹੋ ਗਏ ਕਿਸੇ ਨੇ ਨਹੀਂ ਬੁਲਾਇਆ। ਉੱਤੋਂ ਅਸੀਂ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਦੁਆਰਾ ਆਪਣੀ ਐਪਲੀਕੇਸ਼ਨ ਦਾਖਲ ਕਰਕੇ ਆਏ ਹਾਂ, ਲੇਕਿਨ ਕਮਿਸ਼ਨਰ ਸਾਹਿਬ ਨੇ ਸਾਡੇ 2 ਗਨਮੈਨ ਲਾ ਲਏ, ਕਈਆਂ ਨੂੰ 15-15 ਗਨਮੈਨ ਦਿੱਤੇ ਹੋਏ ਨੇ। ਲੇਕਿਨ ਮੈਂ ਕਮਿਸ਼ਨਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਜੇ ਸਾਨੂੰ ਸਾਡੇ ਨਾਲ ਕੀ ਤੁਹਾਡੀ ਨਿੱਜੀ ਰੰਜਿਸ਼ ਹੈ, ਸਾਨੂੰ ਮਰਵਾ ਦਿਓ ਜਾਂ ਸਾਨੂੰ ਦੱਸ ਦਿਓ ਵੀ ਆਪੇ ਹੀ ਮਰ ਜਾਂਦੇ ਆ ਕਿਤੇ ਨਹਿਰ ਨੂੰ ਛਾਲ ਮਾਰ ਕੇ। ਹੋਇਆ ਕੀ ਹੈ, ਲੇਕਿਨ ਕਿੰਨੇ ਵਜੇ ਦਾ ਵਾਕਿਆ ਸੀਗਾ? ਅੱਜ ਹੁਣ ਤੋਂ ਠੀਕ ਅੱਧਾ ਘੰਟਾ ਪਹਿਲਾਂ 4 ਤੋਂ 5 ਮੁੰਡੇ ਆਏ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ, ਇੱਕ ਦਾ ਮੂੰਹ ਉੱਥੇ ਖੁੱਲ ਗਿਆ, ਉਹਨਾਂ ਨੇ ਆਂਦਿਆਂ ਸਾਰ ਸ਼ੁਰੂ ਕਰ ਦਿੱਤੀ, ਸਾਡੀਆਂ ਟ੍ਰੈਂਡ ਸੈਟਰ ਤੇ ਕੀਤੀ ਮੇਰੇ ਵੱਡੇ ਬੇਟੇ ਦੀ ਦੁਕਾਨ ਤੇ, ਤੇ ਮੇਰੇ ਛੋਟੇ ਬੇਟੇ ਪ੍ਰਿੰਕਲ ਛੂ ਹੱਟ ਦੇ ਉੱਤੇ ਉਹਨਾਂ ਨੇ ਫਾਇਰਿੰਗ ਕੀਤੀ, ਘਰ ਤੋਂ ਘਰ 8-10 ਰੋਹਾਂ ਤੋਂ ਚਲਾ ਕੇ ਗਏ। ਇੱਕ ਉਹਨਾਂ ਨੇ ਸਾਡਾ ਚਿਕਨ ਸ਼ੋਪ ਹੈ, ਚਿਕਨ ਸ਼ੋਪ ਦੇ ਉੱਤੇ ਉਹਨਾਂ ਨੇ ਸਾਡੇ ਉੱਤੇ ਹਮਲਾ ਕਰ, ਉਹਦੇ ਤੇ ਵੀ ਸ਼ੀਸ਼ੇ ਦੇ ਗੋਲੀਆਂ ਮਾਰ ਕੇ ਗਏ, ਤੇ ਜੋ ਉਹਨਾਂ ਨੇ ਕਿਹਾ ਸੀ ਕਮਿਸ਼ਨਰ ਸਾਹਿਬ ਨੂੰ ਅਸੀਂ ਦੱਸਿਆ ਸੀ, ਉਹ ਆਪਣਾ ਕੰਮ ਅੱਜ ਕਰ ਗਏ ਨੇ, ਲੇਕਿਨ ਸਾਡੇ ਪਰਿਵਾਰ ਨੂੰ ਖਤਰਾ ਹੈ। ਅਸੀਂ ਡਿੱਟ ਵੀ ਪਾਈ ਹੋਈ ਹੈ, ਕੋਈ ਪ੍ਰਿੰਕ ਬੰਦੇ ਤੁਹਾਨੂੰ ਪਤਾ ਕੋਈ ਲੱਗੇ ਸ਼ੱਕ ਆ ਕੋਈ? ਉਹ ਗੈਂਗਸਟਰ ਹੈ ਕਿ ਉਹਨਾਂ ਦਾ ਨਾਮ ਲਿਖ ਕੇ ਐਪਲੀਕੇਸ਼ਨ 'ਚ ਦਿੱਤਾ ਹੋਇਆ, ਨਾਨੂ ਨਾਮ ਦਾ ਹੈਗਾ ਮੁੰਡਾ ਜਿਹੜਾ ਭਗੋੜਾ ਹੈਗਾ, ਲੁਧਿਆਣਾ ਪੁਲਿਸ ਕੋਲੋਂ ਫੜਿਆ ਨਹੀਂ ਜਾਂਦਾ। ਕਿੰਨੀਆਂ ਗੋਲੀਆਂ ਲੱਗੀਆਂ ਜੀ ਪ੍ਰਿੰਕਲ ਨੂੰ? ਪ੍ਰਿੰਕਲ ਦੇ 5 ਤੋਂ 6 ਗੋਲੀਆਂ ਲੱਗੀਆਂ। ਤੇ ਉਹਦੇ ਨਾਲ ਹੋਰ ਕੌਣ ਸੀ? ਹਾਂਜੀ, ਨਾਲ ਕੌਣ ਹੋਰ ਸੀਗਾ? ਨਾਲ ਉਹਦੇ ਟੈਟੂ ਬਣਾਉਂਦੀ ਕੁੜੀ ਨਵਜੀਤ ਕੌਰ, ਉਹਦੀ ਪਿੱਠ ਦੇ ਵਿੱਚ 2 ਗੋਲੀਆਂ ਲੱਗੀਆਂ, ਜਦੋਂ ਪਿੱਛੇ ਨੂੰ ਭੱਜਣ ਲੱਗੀ ਉਹਦੀ ਪਿੱਠ 'ਚ 2 ਗੋਲੀਆਂ ਮਾਰ। ਹਾਲਤ ਕਿਸ ਤਰ੍ਹਾਂ ਦੀ ਹੈ ਹੁਣ ਜੀ? ਕਿੰਨੇ ਲੋਕਾਂ ਨੂੰ ਖੂਨ ਨਿਕਲ ਗਿਆ? ਗੋਲੀਆਂ ਲੱਗੀਆਂ ਨੇ। ਮੈਂ ਪ੍ਰਿੰਕਲ ਦੇ ਦੋਸਤਾਂ ਨੂੰ ਤੁਹਾਡੇ ਰਾਹੀਂ ਅਪੀਲ ਕਰਾਂਗਾ, ਖੂਨ ਦੇਣਾ ਤੁਸੀਂ ਇੱਥੇ ਆ ਜਾਓ, ਤੇ ਪਤਾ ਕੀ ਗੱਲ ਹੈ 5-7 ਮਤਲਬ ਕਿੰਨਾ ਖੂਨ ਨਿਕਲ ਗਿਆ, ਅੰਦਰ ਜਾ ਕੇ ਦੇਖੋ ਤੁਸੀਂ। ਕਿੰਨੇ ਬੰਦੇ ਦੇ ਗੋਲੇ ਵੱਜੇ ਹੁਣ ਤੱਕ? ਪ੍ਰਿੰਕਲ ਦੇ ਲੱਗੀਆਂ ਨੇ ਜੀ 5 ਤੋਂ 6 ਰਾਉਂਡ, ਤੇ ਕੁੜੀ ਦੇ ਵੀ ਕਹਿੰਦੇ ਵੀ ਉਹਦੇ 2 ਤੋਂ 3 ਰਾਉਂਡ ਉਹਦੇ ਲੱਗੇ ਪਿੱਠ ਦੇ ਵਿੱਚ। ਕਿਹੜੀ ਕੁੜੀ ਸੀਗੀ? ਹਾਂਜੀ, ਪ੍ਰਿੰਕਲ ਦੇ 1 ਰਾਉਂਡ ਤੋਂ ਨਿਕਲਿਆ, ਟੋਪੀ ਦੇ ਕੋਲੋਂ ਇੱਥੋਂ ਰਗੜ ਕੇ ਟੋਪੀ ਦੇ ਵਿੱਚੋਂ ਕਰਕੇ ਚਲਾ ਗਿਆ। ਅੰਕਲ ਪਹਿਲਾਂ ਵੀ ਸਿਕਿਉਰਿਟੀ ਸੀਗੀ, ਇੱਕ ਮੁਲਾਜ਼ਮ ਸੀ ਉਹ ਵਾਪਸ ਲੈ ਲਿਆ ਸੀ। ਇਕਦੀ 2 ਸੀ ਇਹ ਕੈਲ ਸਾਹਿਬ ਨੇ ਸਾਡੇ ਨਾਲ ਪਤਾ ਨਹੀਂ ਕੀ ਗੱਲ ਉਹਨਾਂ ਨੇ ਵਾਪਸ ਕਰਾ ਲਿਆ। ਲੈਣੇ ਸਿਕਿਉਰਿਟੀ ਵਾਪਸ ਹੋਣ ਦੇ ਕਾਰਨ ਹੀ ਹੋਇਆ ਸਿਕਿਉਰਿਟੀ ਵਾਪਸ, ਉਹਨੂੰ ਪਤਾ ਲੱਗ ਗਿਆ ਵੀ ਸਿਕਿਉਰਿਟੀ ਵਾਪਸ ਹੋ ਗਈ ਹੈ ਤੇ ਇਹਨੂੰ ਹੁਣ ਅਸੀਂ ਮਾਰ ਸਕਦੇ ਹਾਂ। ਹੁੰਦਾ ਉਹਨੇ ਇਹੀ ਸਾਡੇ ਅੱਜ ਗਨਮੈਨ ਹੁੰਦੇ, ਸਾਨੂੰ ਕੁਝ ਨਹੀਂ ਸੀ ਹੋਣਾ। ਬਦਮਾਸ਼ ਕਿੰਨੇ ਕਹਿ ਰਹੇ? 5 ਸੀਗੇ, 5।
ਮੋਟਰਸਾਈਕਲ ਸਕੂਟਰਾਂ ਤੇ ਆਏ ਸੀ ਮੂੰਹ ਬੰਨੇ ਸੀ ਇੱਕ ਦਾ ਭੱਜਣ ਲੱਗੇ ਮੂੰਹ ਖੁੱਲ ਗਿਆ ਤੁਹਾਨੂੰ ਸੀਸੀਟੀਵੀ ਦੀ ਰਿਕਾਰਡਿੰਗ ਸਾਰੀ ਮਿਲ ਜਾਏਗੀ ਜੋ ਬਾਤ ਆ ਤੁਸੀਂ ਚਾਰ ਤੋਂ ਪੰਜ ਜਣੇ ਸੀਗੇ ਦੇਖੋ ਜਿਹੜੇ ਬਾਹਰ ਖੜੇ ਸੀਗੇ ਹੋਇਆ ਕੀ ਆ ਕੌਣ ਸੀ ਬੰਦੇ ਸਾਰਾ ਤਫਤੀਸ਼ ਕਰਦੇ ਪਏ ਪਤਾ ਲੱਗਿਆ ਕਿੰਨੇ ਕੁ ਬੰਦੇ ਹਲੇ ਕੈਮਰੇ ਚੈੱਕ ਕਰਦੇ।